ਅਸੀਂ ਸਰਾਭਾ ਨਗਰ ਥਾਣੇ ਇੱਕ ਸਾਨੂੰ ਐਕਸਟ੍ਰੋਸ਼ਨ ਲਈ ਕਾਲ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਆਈ ਸੀ। ਗੌਰਵ ਮਿੱਤਲ ਨੇ 621 ਵੀ ਅਗਰ ਨਗਰ ਦੇ ਰਹਿਣ ਵਾਲੇ, ਉਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਹੈ, ਵਟਸਐਪ ਕਾਲ, ਜਿਹੜਾ ਬਾਹਰਲਾ ਕੋਈ ਨੰਬਰ ਆ, ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ, ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ, ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ। ਉਹ ਕਾਲ ਤੋਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ, ਸਾਡੇ DSP ਸਰਾਭਾ ਨਗਰ ਅਤੇ SHO ਸਾਹਿਬ ਨੇ ਫਰਦਰ ਜਿਹੜੀ ਆ ਉਸ ਗੱਲ 'ਤੇ ਤਫਤੀਸ਼ ਕਰਦੇ ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਹੈਗਾ ਉਹਦੇ 'ਚ ਤਜਿੰਦਰ ਸਿੰਘ ਗਿੱਲ ਅਤੇ ਇੱਕ ਅੰਮ੍ਰਿਤਪਾਲ, ਜਿਹੜੇ 2 ਬੰਦੇ ਆ, ਅਸੀਂ ਉਹਨਾਂ ਨੂੰ ਅਰੈਸਟ ਕੀਤਾ। ਉਹ ਦੋਨੋਂ ਜਿਹੜੇ ਹੈਗੇ ਆ ਇੱਕ ਮੁੱਲਾਪੁਰ ਔਰ ਜਗਰਾਓਂ ਦੇ ਏਰੀਏ ਦੇ ਰਹਿਣ ਵਾਲੇ ਹੈਗੇ ਆ। ਉਹਨਾਂ ਨੇ ਰੈਕੀ ਕੀਤੀ ਸੀ, ਰੈਕੀ ਕਰਕੇ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਅੱਗੇ ਬਾਹਰ ਜਿਹੜੀਆਂ ਹੈਗੀਆਂ ਉਹ ਟ੍ਰਾਂਸਫਰ ਕੀਤੀਆਂ ਸੀ। ਜਿਹੜਾ ਤਜਿੰਦਰ ਗਿੱਲ ਹੈ ਇਹਦੇ 'ਤੇ ਪਹਿਲਾਂ 4 ਮੁਕੱਦਮੇ ਦਰਜ ਹੈ ਜੀ, 2 ਤਾਂ ਲੁਧਿਆਣੇ, 1 ਤਾਂ ਸਰਾਭਾ ਨਗਰ ਥਾਣੇ ਦਾ ਮੁਕੱਦਮਾ, 1 ਲਾਡੂਵਾਲ ਥਾਣੇ ਦਾ ਮੁਕੱਦਮਾ ਦਰਜ ਆ, 1 ਇਹਦੇ 'ਤੇ 2 ਕਾਰ ਚੋਰੀ ਦੇ ਪਰਚੇ ਦਰਜ ਆ, 1 ਬਰਨਾਲੇ ਹੋਇਆ ਸੀ, 1 ਮੋਗੇ ਸੀਗਾ, ਉਹ ਸ਼ਾਇਦ ਬਰੀ ਹੋ ਚੁੱਕਾ ਹੈ। ਫੋਰਚੂਨਰ ਦੇ ਤਾਏ ਦੇ ਮੁੰਡੇ ਦੇ ਨਾਮ 'ਤੇ ਜਿਹੜੀ ਸਾਨੂੰ RC ਮਿਲੀ ਆ, ਉਹ ਜਿਹੜੀ ਹੈਗੀ ਆ ਅਸੀਂ ਗੱਡੀ ਜਿਹੜੀ ਇਹਦੇ ਇੱਕ ਪੇਪਰ ਨੇ, ਮਤਲਬ ਇਹਦੇ ਤਾਏ ਦੇ ਨਾਂ ਦੇ ਜਾਂ ਤਾਏ ਦੇ ਮੁੰਡੇ ਦੇ ਨਾਂ 'ਤੇ ਹੈਗੀ ਆ ਫੋਰਚੂਨਰ ਜਿਹੜੀ ਗੱਡੀ ਆ। ਨਹੀਂ, ਵਟਸਐਪ ਤੋਂ ਕਾਲ ਆਈ ਆ ਸਾਨੂੰ, ਜਿਹੜਾ ਵਟਸਐਪ ਦੀ ਆਈ ਡਾ ਅੱਗੇ ਉਹਦਾ ਨੰਬਰ ਹੁੰਦਾ ਜੀ 64, ਉਹ ਮਨੀਲਾ ਦਾ ਨੰਬਰ ਆ, ਇਹਦੇ ਜਿਹੜੇ ਤਾਇਆ ਜੀ ਦਾ ਬੇਟਾ, ਜਿਹੜਾ ਦੂਜਾ ਸਾਡਾ ਅਕਿਊਜ਼ਡ ਆ ਰਮਨਦੀਪ ਸਿੰਘ, ਉਹ ਇਹਦੇ ਤਾਇਆ ਜੀ ਦਾ ਬੇਟਾ ਆ, ਉਹ ਮਨੀਲਾ 'ਚ ਰਹਿੰਦਾ ਆ। ਨਹੀਂ ਜੀ, 9mm ਪਿਸਟਲ ਆ, ਇਹਦੀ ਗੱਡੀ 'ਚੋਂ ਬਰਾਮਦ ਹੋਇਆ, ਇਹਦੇ ਕੋਲ ਲਾਇਸੈਂਸ ਨਹੀਂ ਪੇਸ਼ ਕਰ ਸਕਿਆ, ਉਹ ਅਸੀਂ ਵੈਰੀਫਾਈ ਕਰਾਂਗੇ, ਜਿਹੜੇ ਵੀ ਇਹ ਜਿੱਥੇ ਉਹਦਾ ਰਹਿਣ ਵਾਲਾ ਹੈ ਉੱਥੇ ਅਸੀਂ ਭੇਜ ਕੇ ਇਹਦਾ ਅਸਲਾ ਜਿਹੜਾ ਚੈੱਕ ਕਰਾਵਾਂਗੇ, ਜਾਇਜ਼ ਆ ਕਿ ਨਜਾਇਜ਼ ਆ। ਨਹੀਂ, ਇਹਦੇ ਕੋਲ ਉਸ ਟਾਈਮ 'ਤੇ ਲਾਇਸੈਂਸ ਨਹੀਂ ਸੀਗਾ ਜਦੋਂ ਅਸੀਂ ਇਹਨੂੰ ਅਰੈਸਟ ਕੀਤਾ, ਉਹ ਅਸੀਂ ਵੈਰੀਫਾਈ ਕਰਾਵਾਂਗੇ। ਹਾਂਜੀ, ਇਹਦੇ ਫੋਨ 'ਚੋਂ ਜਿਹੜਾ ਸਾਡੇ ਕੋਲ 2 ਦਿਨ ਪਹਿਲਾਂ ਦਮਨ ਮੱਕੜ ਨੇ ਡਾਕਟਰ, ਉਹਨਾਂ ਕੋਲੋਂ ਸਾਨੂੰ ਸਾਡੇ ਸਾਈਬਰ ਕ੍ਰਾਈਮ ਸੈੱਲ ਦੇ ਵਿੱਚ ਕੰਪਲੇਂਟ ਆਈ ਸੀ, ਉਹ ਜਿਹੜੀ ਆ ਮਤਲਬ ਇਹਦੀ ਪੁੱਛਗਿੱਛ ਜਿਹੜੀ ਹੁਣ ਅਸੀਂ ਇਹਨੂੰ ਅੱਜ ਕੀਤੀ ਆ, ਉਹ ਇਹਨਾਂ ਨੇ ਹੀ ਰਮਨਦੀਪ ਵੱਲੋਂ ਹੀ, ਇਹਦੇ ਤਾਇਆ ਜੀ ਦਾ ਬੇਟਾ ਜਿਹੜਾ ਬਾਹਰ ਮਨੀਲਾ ਰਹਿੰਦਾ, ਉਹਦੇ ਵੱਲੋਂ ਹੀ ਇਹਨਾਂ ਨੂੰ ਥ੍ਰੈਟ ਕਾਲ ਕੀਤੀ ਗਈ ਸੀ, ਰੈਨਸਮ ਕਾਲ ਕੀਤੀ ਸੀ, 1 ਕਰੋੜ ਦੀ ਡਿਮਾਂਡ ਡਾਕਟਰ ਦਮਨ ਮੱਕੜ ਤੋਂ ਕੀਤੀ ਸੀ ਇਹਨਾਂ ਨੇ। ਇਹ 3 ਕਰੋੜ ਇਹਨਾਂ ਨੇ 3 ਪਾਰਟਨਰ, ਜਿਵੇਂ ਇਹ ਹੋ ਗਿਆ ਤਜਿੰਦਰ ਗਿੱਲ ਹੋ ਗਿਆ, ਇੱਕ ਇਹਨਾਂ ਦਾ ਸਾਥੀ ਹੈਗਾ ਉਹ ਮੁੰਡਾ ਵੈਨਕੂਵਰ ਰਹਿੰਦਾ ਪੁਨੀਤ ਆ ਜਲੰਧਰ ਤੋਂ, ਔਰ ਤੀਸਰਾ ਇਹਦਾ ਬ੍ਰਦਰ ਜਿਹੜਾ ਰਮਨ, ਇਹਨਾਂ ਨੇ 3 ਨੇ ਆਪਸ ਦੇ ਵਿੱਚ ਜਿਹੜਾ ਹੈਗਾ ਆ ਉਹ ਯੂਜ਼ ਕਰਨੇ ਸੀ ਪੈਸੇ। ਹਾਂਜੀ, ਇਹਨਾਂ ਨੇ ਜਿਹੜੀ ਸਾਨੂੰ ਥੋੜ੍ਹੀ ਜਿਹੀ ਲੀਡ ਮਿਲੀ ਸੀ ਉਹ ਸਾਨੂੰ ਇਸ ਗੱਲ ਤੋਂ, ਅਸੀਂ ਲੱਕੀ ਰਹੇ, ਸਾਨੂੰ ਲੀਡ ਹੀ ਇਸ ਗੱਲ ਤੋਂ ਮਿਲੀ ਸੀ, ਇਹਨਾਂ ਨੇ ਉਹਦੀਆਂ ਰੈਕੀ ਕਰਕੇ ਉਹਦੀ ਵਾਈਫ ਬੱਚਿਆਂ ਦੀਆਂ ਫੋਟੋ ਖਿੱਚੀਆਂ ਸੀ, ਉਹ ਫੋਟੋ ਜਿੱਥੋਂ ਮਾਲ ਵਗੈਰਾ ਤੋਂ ਖਿੱਚੀਆਂ ਸੀ, ਸਾਨੂੰ ਉਸ ਤੋਂ ਲੀਡ ਮਿਲਦੇ ਹੋਏ ਅਸੀਂ ਇਹਨਾਂ ਨੂੰ ਕਾਬੂ ਕਰ ਪਾਏ। ਸਾਨੂੰ ਜਿਹੜੀ ਇਹ ਕੰਪਲੇਂਟ ਆਈ ਸੀ ਜੀ, ਸਾਨੂੰ ਇਹ 17 ਤਰੀਕ ਨੂੰ ਆਈ ਸੀ, 18 ਤਰੀਕ ਨੂੰ ਅਸੀਂ ਪਰਚਾ ਦਰਜ ਕੀਤਾ ਅਤੇ ਅਸੀਂ ਇਹਨਾਂ ਨੂੰ ਸ਼ਾਮ ਨੂੰ ਜਿਹੜਾ ਹੈਗਾ ਅਸੀਂ ਅਰੈਸਟ ਕਰ ਲਿਆ ਸੀ। ਫਿਲਹਾਲ 1 ਬੰਦਾ ਪਕੜਿਆ ਗਿਆ ਵਾ ਜਾਂ 2 ਬੰਦੇ ਪਕੜੇ ਗਏ ਆ? ਇਹਦੇ 'ਚ 2 ਬੰਦੇ ਅਸੀਂ ਅਰੈਸਟ ਕਰ ਲਏ, 2 ਬੰਦੇ ਜਿਹੜੇ ਆ ਉਹ ਬਾਹਰ ਰਹਿੰਦੇ, 1 ਮਨੀਲਾ ਰਹਿ ਰਿਹਾ, 1 ਵੈਨਕੂਵਰ ਆ ਕੈਨੇਡਾ। ਜਿਹੜਾ ਕਾਰੋਬਾਰੀ ਉਹਦਾ ਕਾਰੋਬਾਰ ਕਰਦਾ ਜੀ, ਉਹਨਾਂ ਦਾ ਸਪਿਨਿੰਗ ਦਾ ਹੈਗਾ, ਸਪਿਨਿੰਗ ਦਾ ਥਰੈਡ ਦਾ ਕਾਰੋਬਾਰ ਹੈਗਾ। ਤੇ ਪਹਿਲਾਂ ਵੀ ਮੈਂ ਕਿਸੇ ਨੂੰ ਉਹਨਾਂ ਨੂੰ ਪਹਿਲੇ ਵੀ ਕੋਈ ਧਮਕੀ ਆਈ ਹੈ ਜਾਂ ਫਸਟ ਕਾਲ ਵੀ ਇਹਨਾਂ ਦੀ
ਨਹੀਂ ਉਹਨਾਂ ਨੂੰ ਨਹੀਂ ਆਈ ਕਿਸੇ ਨੂੰ, ਮਤਲਬ ਇਹਨਾਂ ਦੀਆਂ ਇਹ ਦੋ ਕਾਲਸ ਨੇ ਜਿਹੜੀਆਂ ਸ਼ਹਿਰ 'ਚ ਹਜੇ ਤੱਕ ਇਹਨਾਂ ਨੇ ਜਿਹੜੀਆਂ ਕੀਤੀਆਂ ਸੀ। ਫਰਦਰ ਅਸੀਂ ਹੋਰ ਵੈਰੀਫਾਈ ਕਰਦੇ ਹਾਂ ਜੇ ਇਹਨਾਂ ਦੇ ਫੋਨ 'ਚ ਹੋਰ ਕੋਈ ਡਾਟਾ ਹੋਊਗਾ ਜਾਂ ਕੁਛ ਹੋਊਗਾ। ਮੈਂ ਕਾਰੋਬਾਰੀ ਨੂੰ ਜਾਣਦੇ ਤਾਂ ਨਹੀਂ ਸੀਗੇ ਕੋਈ ਪਹਿਲਾਂ ਦਾ, ਇਹਨਾਂ ਨੇ ਉਹਨੂੰ ਸਰਚ ਕਿਵੇਂ ਕੀਤਾ? ਇਹਨਾਂ ਨੇ ਟਾਰਗੇਟ ਕੀਤਾ ਕਿ ਜਿਹੜਾ ਇਹ ਤੇਜਿੰਦਰ ਗਿੱਲ ਆ, ਇਹ ਵੀ ਅਗਰ ਨਗਰ ਉੱਥੇ ਐੱਮ ਆਈ ਜੀ ਫਲੈਟ ਦਾ ਵਿੱਚ ਰਹਿ ਰਿਹਾ ਇਹ। ਅਗਰ ਨਗਰ ਮਤਲਬ ਇੱਕ ਸੜਕ ਕ੍ਰੋਸ ਕਰਕੇ ਉਹ ਸਾਹਮਣੇ ਅਗਰ ਨਗਰ ਆ, ਨਾਲ ਐੱਮ ਆਈ ਜੀ ਫਲੈਟਸ ਨੇ। ਇਹ ਉੱਥੇ ਆਉਂਦਾ ਜਾਂਦਾ ਦੇਖਦਾ ਰਹਿੰਦਾ ਸੀ ਵੀ ਉਹਨਾਂ ਕੋਲ ਗੱਡੀਆਂ ਨੇ ਕੋਈ ਕੀ ਕਾਰੋਬਾਰ ਆ। ਇਹ ਪੂਰੇ ਇੱਕ ਮਹੀਨੇ ਤੋਂ ਇਹਨਾਂ ਦੀ ਰੈਕੀ ਕਰ ਰਿਹਾ ਸੀ, ਮਤਲਬ ਮਹੀਨੇ ਤੋਂ ਟਾਰਗੇਟ 'ਤੇ। ਹਾਂਜੀ 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 ਠੀਕ ਹੈ।